ਬਾਬਲ ਕਲਾਂ ਗੋਲੀ ਕਾਂਡ ਦੇ ਮਸਲੇ ਦੇ ਵਿੱਚ ਉਸ ਸਮੇਂ ਦੇ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਨੇ ਅਦਾਲਤ ਦੇ ਵਿੱਚ ਅਪੀਲ ਦਾਇਰ ਕੀਤੀ ਹੈ ਕਿ ਜਿਹੜੇ ਦੋਸ਼ ਉਹਨਾਂ ਦੇ ਖਿਲਾਫ ਲੱਗੇ ਨੇ ਉਹ ਰੱਦ ਕੀਤੇ ਜਾਣ ਪੁਲਿਸ ਨੇ ਕੇਸ ਚਲਾਉਣ ਦੀ ਸਰਕਾਰ ਤੋਂ ਨਹੀਂ ਲਈ ਸੀ ਮਨਜ਼ੂਰੀ ਇਸ ਮਸਲੇ ਦੇ ਵਿੱਚ ਐਸਐਸਪੀ ਜਿਹੜੇ ਮੋਗਾ ਦੇ ਰਹਿ ਚੁੱਕੇ ਨੇ ਚਰਨਜੀਤ ਸਿੰਘ ਸ਼ਰਮਾ ਉਹਨਾਂ ਨੇ ਲੋਕਲ ਅਦਾਲਤ ਕੋਲ ਅਪੀਲ ਕੀਤੀ ਹੈ ਪੂਰਾ ਮਸਲਾ ਕੀ ਅਸਲ ਦੇ ਵਿੱਚ ਫਰੀਦਕੋਟ ਤੋਂ ਖਬਰਾਂ ਨਸ਼ਰ ਹੋਈਆਂ ਨੇ ਜਿਹੜਾ ਬੈਬਲ ਕਲਾ ਗੋਲੀ ਕਾਂਡ ਦਾ ਮਸਲਾ ਉਸ ਮਸਲੇ ਦੇ ਵਿੱਚ ਹੁਣ ਮੋਗਾ ਦੇ ਐਸਐਸਪੀ ਜਿਹੜੇ ਰਹਿ ਚੁੱਕੇ ਨੇ ਚਰਨਜੀਤ ਸ਼ਰਮਾ ਚਰਨਜੀਤ ਸ਼ਰਮਾ ਨੇ ਫਰੀਦਕੋਟ ਦੇ ਜਿਹੜੇ ਨੇ ਜ਼ਿਲ੍ਹਾ ਸੈਸ਼ਨ ਜੱਜ ਜਿਹੜੇ ਉਹਨਾਂ ਕੋਲ ਅਪੀਲ ਕੀਤੀ ਹੈ ਕਿ ਬੈਬਲ ਕਲਾ ਪੁਲਿਸ ਗੋਲੀकांड ਵਿੱਚ ਉਹਨਾਂ ਖਿਲਾਫ ਜਿਹੜੇ ਆਇਤ ਕੀਤੇ ਗਏ ਦੋਸ਼ ਨੇ ਉਹ ਰੱਦ ਕੀਤੇ ਜਾਣ ਇਸ ਮਾਮਲੇ 'ਚ ਪੁਲਿਸ ਵੱਲੋਂ ਪੇ ਚਲਾਨ ਤੇ ਸਪਲੀਮੈਂਟਰੀ ਚਲਾਨ ਵੀ ਰੱਦ ਕੀਤਾ ਜਾਵੇ ਕਿਉਂਕਿ ਪੁਲਿਸ ਨੇ ਸਰਕਾਰੀ ਅਧਿਕਾਰੀ ਤੇ ਡਿਊਟੀ ਦੌਰਾਨ ਕਥਿਤ ਕੋਤਾਹੀ ਦੇ ਮਾਮਲੇ ਦੇ ਵਿੱਚ ਕਾਰਵਾਈ ਕਰ ਲਈ ਸੂਬਾ ਸਰਕਾਰ ਕੋਲੋਂ ਪ੍ਰਵਾਨਗੀ ਨਹੀਂ ਲਈ ਸੀ ਨਿਜ਼ਮੰਦ ਅਨਸਾਰ ਜਦੋਂ ਵੀ ਕਿਸੇ ਵਿਅਕਤੀ ਤੇ ਆਪਣੀ ਸਰਕਾਰੀ ਡਿਊਟੀ ਨਿਭਾਉਂਦੇ ਕੋਈ ਜੁਰਮ ਕਰਨ ਦਾ ਦੋਸ਼ ਲਾਇਆ ਜਾਂਦਾ ਤਾਂ ਸੀਆਰਪੀਸੀ ਦੀ ਧਾਰਾ 197 ਦੇ ਤਹਿਤ ਸੂਬਾ ਸਰਕਾਰ ਨੂੰ ਜਾਣਕਾਰੀ ਦੇਣੀ ਲਾਜ਼ਮੀ ਹੁੰਦੀ ਹੈ ਇਸ ਕਰਕੇ ਉਸ ਖਿਲਾਫ ਆਇਦ ਕੀਤੇ ਗਏ ਦੋਸ਼ ਸਹੀ ਨਹੀਂ ਹਨ ਜਿਸ ਕਰਕੇ ਇਹਨਾਂ ਨੂੰ ਰੱਦ ਕੀਤਾ ਜਾਵੇ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ 22 ਦਸੰਬਰ ਤੱਕ ਮੁਲਤਵੀ ਕਰ ਦਿੱਤੀ ਹੈ ਤੇ ਨਾਲ ਦੀ ਨਾਲ ਕਿਹਾ ਗਿਆ ਹੈ ਕਿ ਜਿਹੜਾ ਇਸ ਗਿਆਸਾਬਾ ਪੱਖ ਨੂੰ ਅਗਲੀ ਸੁਣਵਾਈ ਤੋਂ ਪਹਿਲਾਂ ਜਿਹੜੇ ਐਸਐਸਪੀ ਦੇ ਅਰਜੀ ਦਾ ਜਵਾਬ ਦੇਣ ਦੇ ਵੀ ਨਿਰਦੇਸ਼ ਦਿੱਤੇ ਗਏ ਨੇ ਅਦਾਲਤ ਨੇ ਗੋਲੀਬਾਰੀ ਦੀ ਘਟਨਾ ਦੀ ਜਾਂਚ ਕਰ ਰਹੀ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਐਸਆਈਟੀ ਸੈਟ ਨੂੰ ਵੀ ਵਾਇਬਲ ਕਲਾ ਵਿੱਚ ਕਥਿਤ ਤੌਰ ਤੇ ਪੁਲਿਸ ਗੋਲਾਬਾਰੀ ਵਿੱਚ ਮਾਰੇ ਗਏ ਭਗਵਾਨ ਕ੍ਰਿਸ਼ਨ ਸਿੰਘ ਦੇ ਪਿਤਾ ਮਹਿੰਦਰ ਸਿੰਘ ਦੀ ਅਰਜੀ ਦਾ ਜਵਾਬ ਦੇ ਲਈ ਵੀ ਆਖਿਆ ਜਿਗਰਜੋਗ ਹੈ ਕਿ ਭਗਵਾਨ ਕ੍ਰਿਸ਼ਨ ਸਿੰਘ ਦੀ ਗੋਲੀ ਲੱਗਣ ਨਾਲ 14 ਅਕਤੂਬਰ 2015 ਨੂੰ ਮੌਤ ਹੋ ਗਈ ਸੀ ਮਿੰਦਰ ਸਿੰਘ ਨੇ 15 ਸਤੰਬਰ 2020 ਦੇ ਹੁਕਮ ਨੂੰ ਵਾਪਸ ਕਰਨ ਦੀ ਮੰਗ ਕਰਦੇ ਹੋਏ ਅਦਾਲਤ ਤੱਕ ਪਹੁੰਚ ਕੀਤੀ ਸੀ ਜਿਸ ਵਿੱਚ ਮੁੱਖ ਮਲਜਮ ਇੰਸਪੈਕਟਰ ਪ੍ਰਦੀਪ ਸਿੰਘ ਨੂੰ ਮਾਫੀ ਦਿੱਤੀ ਗਈ ਸੀ ਆਪਣੀ ਅਰਜੀ ਦੇ ਵਿੱਚ ਮਿੰਦਰ ਸਿੰਘ ਨੇ ਸਾਬਕਾ ਆਈਜੀ ਅਤੇ ਸਿਟ ਦੇ ਤਤਕਾਲੀ ਮੈਂਬਰ ਕੁਮਰ ਵਿਜੇ ਪ੍ਰਤਾਪ ਸਿੰਘ ਉੱਤੇ ਮੁੱਖ ਮਲਜਮ ਨੂੰ ਮਾਫੀ ਲਈ ਸਹਿਮਤੀ ਦੇਣ ਸਬੰਧੀ ਅਦਾਲਤ ਨਾਲ ਧੋਖਾਧੜੀ ਕਰਨ ਦੇ ਵੀ ਦੋਸ਼ ਲਾਏ ਹਨ ਮਿੰਦਰ ਸਿੰਘ ਨੇ ਦੋਸ਼ ਲਾਇਆ ਸੀ ਕਿ ਪ੍ਰਦੀਪ ਸਿੰਘ ਨੇ ਸ਼ਾਤਮਈ ਪ੍ਰਦਰਸ਼ਨਕਾਰੀਆਂ ਨੂੰ ਲੱਤਾਂ ਦੇ ਥੱਪੜ ਮਾਰੇ ਸੀ ਜਿਸ ਕਾਰਨ ਮਾਹੌਲ ਵਿਗੜਿਆ ਤੇ ਇਸ ਤੋਂ ਬਾਅਦ ਪੁਲਿਸ ਨੇ ਗੋਲੀਆਂ ਚਲਾਈਆਂ ਸਨ ਜਿਸ ਵਿੱਚ ਉਸ ਦੇ ਪੁੱਤਰ ਅਤੇ ਇੱਕ ਹੋਰ ਪ੍ਰਦਰਸ਼ਨਕਾਰੀ ਦੀ ਮੌਤ ਹੋ ਗਈ ਸੀ ਤੇ ਹੁਣ ਚਰਨਜੀਤ ਸ਼ਰਮਾ ਜਿਹੜੇ ਮੋਗਾ ਦੇ ਐਸਐਸਪੀ ਰਹਿ ਚੁੱਕੇ ਨੇ ਉਹਨਾਂ ਨੇ ਦੋਸ਼ ਰੱਦ ਕਰਵਾਉਣ ਲਈ ਸੈਸ਼ਨ ਅਦਾਲਤ ਨੂੰ ਅਪੀਲ ਕੀਤੀ ਆ ਉਨਾਂ ਇਹ ਵੀ ਕਹਿਆ ਕਿ ਪੁਲਸ ਨੇ ਕੇਸ ਚਲਾਉਣ ਦੀ ਜਿਹੜੀ ਸਰਕਾਰ ਤੋਂ ਮਨਜ਼ੂਰੀ ਨਹੀਂ ਲਈ ਸੀ ਅਸਲ ਦੇ ਵਿੱਚ ਜਿਹੜਾ ਗੁਰੂ ਸਾਹਿਬ ਜੀ ਦੀ ਬੇਦਬੀ ਹੋਈ ਸੀ ਅਕਤੂਬਰ 2015 ਦੇ ਵਿੱਚ ਉਸ ਕਾਣ ਤੋਂ ਬਾਅਦ ਕੋਟਕਪੂਰਾ ਗੋਲੀकांड ਬੈਬਲ ਕਲਾ ਗੋਲੀकांड ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਜਿਹੜੀ ਉਸ ਸਮੇਂ ਭਾਰਤੀ ਜਨਤਾ ਪਾਰਟੀ ਦੇ ਨਾਲ ਸਾਂਝੀ ਸੀ ਜਨਤਾ ਦੇ ਲੋਕਾਂ ਤੇ ਸਿੱਖ ਕੌਮ ਤੇ ਨਿਸ਼ਾਨੇ ਤੇ ਆ ਗਈ ਸੀ ਕਰੀਬ 8 ਸਾਲ ਹੋ ਚੁੱਕੇ ਨੇ ਹਾਲੇ ਤੱਕ ਇਨਸਾਫ ਨਹੀਂ ਮਿਲਿਆ ਸ਼ਰਮ ਨਿਕਾਲੀ ਦਲ ਤੋਂ ਬਾਅਦ ਕਾਂਗਰਸ ਪਾਰਟੀ ਦੀ ਸਰਕਾਰ ਬਣ ਗਈ ਤਦ ਵੀ ਇਨਸਾਫ ਨਹੀਂ ਮਿਲਿਆ ਤੇ ਹੁਣ ਕਰੀਬ 19 ਮਹੀਨੇ ਆਮ ਆਦੀ ਪਾਰਟੀ ਦੀ ਬਣੀ ਹੋਈ ਸਰਕਾਰ ਨੂੰ ਹੋ ਚੁੱਕੇ ਨੇ ਹਾਲੇ ਤੱਕ ਵੀ ਇਹ ਮਸਲਾ ਕੋਰਟ ਕਚੈਰੀਆਂ ਦੇ ਵਿੱਚ ਹੀ ਰੋਲ ਰਿਹਾ ਜਦ ਕਿ ਇਨਸਾਫ ਨਹੀਂ ਮਿਲਿਆ ਕੁਮਰ ਵਿਜੇ ਪ੍ਰਤਾਪ ਜਿਹਨਾਂ ਤੇ ਹੁਣ ਕਈ ਜਾਣੇ ਦੋਸ਼ ਲਗਾ ਰਹੇ ਨੇ ਉਹ ਐਸਆਈਟੀ ਦੇ ਮੈਂਬਰਸ ਹ ਸਟ ਟਾਈਮ ਆਮ ਆਦੀ ਪਾਰਟੀ ਦੇ ਅੰਮ੍ਰਿਤਸਰ ਨਾਰਥ ਤੋਂ ਵਿਧਾਇਕ ਨੇ ਤੇ ਕੁਮਰ ਵਿਜੇ ਪ੍ਰਤਾਪ ਸਿੰਘ ਹੁਣੀ ਖੁਦ ਕਈ ਵਾਰ ਕਹਿ ਚੁੱਕੇ ਨੇ ਕਿ ਹੁਣ ਇਸ ਦਾ ਇਨਸਾਫ ਨਹੀਂ ਮਿਲਣਾ ਹੁਣ ਸਵਾਲ ਹੈ ਕਿ ਹੁਣ ਜਿਹੜੇ ਤਤਕਾਲੀ ਐਸਐਸਪੀ ਨੇ ਰੋਦ ਦੋ ਛੀੜੇ ਰੱਦ ਕਰਾਉਣ ਦੀ ਜਿਹੜੀ ਸੈਸ਼ਨ ਅਦਾਲਤ ਕੋਲ ਅਪੀਲ ਕੀਤੀ ਆ ਉਸ ਦੀ ਸੁਣਵਾਈ ਹੁਣ 22 ਦਸੰਬਰ ਨੂੰ ਰੱਖੀ ਗਈ ਹੈ ਦੇਖਦੇ ਕਿ ਉਸ ਦਿਨ ਕਿਹੜੀ ਤੇ ਰਕੀ ਦਲੀਲਾਂ ਤੇ ਪੱਖ ਦੇਂਦੀ ਹੈ ਅਦਾਲਤ ਦਾ ਕੀ ਫੈਸਲਾ ਹੋਏਗਾ ਫਿਲਹਾਲ ਇਸ ਜਾਣਕਾਰੀ ਦੇ ਨਾਲ ਟੜਤੋ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ